देव पुजारी नु दिल्ली कल्ला रुकिया ना डर के गया ना चल्ला देव पुजारी नु दिल्ली कल्ला रुकिया ना डर के गया ना चल्ला बाबा जी अज का की प्रोग्राम थी अपना जी अज का जो प्रोग्राम जिन्हें भी चमकौरगढ़ी के समूह शहीद सिंह हुए ने उन्होंने याद में समर्पित बाबा अजीत सिंह जुझार सिंह तीन साहबजाद तीन प्यारे महाराज के जो भी शहीद हुए ने उत्थे चमकौरगढ़ी के चाली सिंह उन्होंने याद के खंडपण साहब करा के ये चेतना मार्च कढ़िया जाता है। इस तरह वाहगुरु की कृपा के नाल जो सपंद इलाका निवासी के हर थों भरमा सत्कार होंगे। एक होर बेनती है भी जो
ਇਹ ਸਮਾਗਮ ਹੈ ਮਹਾਰਾਜ ਦੇ ਸੰਗਤਾਂ ਦੇ ਸਹਿਯੋਗ ਨਾਲ ਅਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਨੇਪਰੇ ਚੜ੍ਹਦਾ ਹੈ। ਇਸ ਦੀ ਜੋ ਇਹ ਆਰੰਭਤਾ ਇਸ ਦੀ ਚਮਕੌਰ ਗੜ੍ਹੀ ਤੋਂ ਹੁੰਦੀ ਹੈ, ਇਸ ਦੀ ਸੰਪੂਰਨਤਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ। ਬਾਬਾ ਇਸ ਵਿੱਚ ਸਭ ਤੋਂ ਵੱਧ ਉਪਰਾਲਾ ਸ਼੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਦੇ ਬਖਸ਼ੇ ਹੋਏ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਲ ਮੋਹਾਲੀ ਵਾਲਿਆਂ ਦਾ ਬਹੁਤ ਵੱਡਾ ਸਹਿਯੋਗ ਹੈ। ਉਹ ਗੁਰਸਿੱਖੀ ਨੂੰ ਫੈਲਾਉਣ ਲਈ ਅੰਮ੍ਰਿਤ ਛਕਾ ਕੇ ਸੰਗਤਾਂ ਨੂੰ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਨ। ਜਿਸ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੈ, ਮੈਂ ਦਾਸ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਦਲ ਦਾ ਸੇਵਾਦਾਰ ਹਾਂ। ਮੇਰੇ ਨਾਲ ਹੋਰ ਸਾਡੇ ਬਹੁਤ ਸਤਿਕਾਰਯੋਗ ਮੇਰੇ ਛੋਟੇ ਵੀਰ ਜੋਰਾ ਸਿੰਘ ਜੀ ਜੋ ਮੀਤ ਪ੍ਰਧਾਨ ਨੇ, ਸਾਡੇ ਵੀਰ ਜਨਰਲ ਸੈਕਟਰੀ ਸਰਦਾਰ ਕੁਲਵੰਤ ਸਿੰਘ ਜੀ ਮਹਿਤੋ, ਸਾਰੀਆਂ ਸੰਗਤਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਹੈ। ਸਨ ਰਾਮ ਸਿੰਘ ਜੀ ਰੈਸਲ ਵੀ ਸਾਡੇ ਨਾਲ ਬਹੁਤ ਚਿਰ ਤੋਂ ਚੱਲੇ ਆਉਂਦੇ ਹਨ। ਇਸ ਤਰ੍ਹਾਂ ਕਹਿੰਦੇ ਹੋਏ ਜੋ ਮਹਾਰਾਜ ਜੋ ਕੰਮ ਕਰਦਾ ਗੁਰੂ ਮਹਾਰਾਜ ਆਪ ਹੀ ਕਰਵਾਉਂਦਾ, ਅਸੀਂ ਕੁਛ ਕਰਨ ਯੋਗ ਨਹੀਂ। ਮਹਾਰਾਜ ਚੜ੍ਹਦੀ ਕਲਾ ਕਰੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲਾ। ਬਾਬਾ ਜੀ ਜਿਸ ਤਰ੍ਹਾਂ ਆਪਦੇ ਨਸ਼ੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਹਾਦਰ ਜੀ ਜਾਂ ਕਮੇਟੀ ਅੰਮ੍ਰਿਤਸਰ ਵੱਲੋਂ ਜੀ ਕੋਈ ਇਹੋ ਜਿਹਾ ਨਹੀਂ ਕਰਿਆ ਜਾਂਦਾ ਨਸ਼ਿਆਂ ਦੇ ਖਿਲਾਫ਼, ਤੁਹਾਡੀ ਕੋਈ ਜਥੇਬੰਦੀ ਨੇ ਕਰਿਆ ਜੀ ਪੰਜਾਬ ਦੇ ਵਿੱਚ? ਅਸੀਂ ਜੀ ਦੇਖੋ ਜਿਹੜੀ ਗੁਰਸਿੱਖੀ ਆ ਉਹ ਇਹੀ ਕਹਿੰਦੀ ਆ ਵੀ ਅੰਮ੍ਰਿਤ ਛਕੋ ਨਸ਼ਿਆਂ ਤੋਂ ਬਚੋ। ਬਾਕੀ ਇਹ ਜਿਹੜਾ ਬੰਦਾ ਅੰਮ੍ਰਿਤ ਛਕ ਲੈਂਦਾ ਉਹਦੇ 'ਤੇ ਗੁਰੂ ਮਹਾਰਾਜ ਕਿਰਪਾ ਕਰਦਾ, ਫਿਰ ਉਹ ਅੰਮ੍ਰਿਤ ਦੇ ਆਪਣੇ ਨਸ਼ਿਆਂ ਦੇ ਨੇੜੇ ਨਹੀਂ ਜਾਂਦਾ ਹੈਗਾ। ਇਹ ਕਹਿੰਦੇ ਨੇ ਨਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਨਸ਼ਾ ਜਿਹਨੂੰ ਹੋ ਜਾਵੇ ਫਿਰ ਉਹ ਦੂਜੇ ਨਸ਼ੇ ਜਿਹੜੇ ਡੁਪਲੀਕੇਟ ਉਹ ਨਹੀਂ ਕਰਦਾ। ਆਉਣ ਵਾਲਾ ਸਮਾਂ ਬਾਬਾ ਜੀ ਸੰਗਤਾਂ ਨੂੰ ਕੁਛ ਨਸ਼ਿਆਂ ਤੋਂ ਕੋਈ ਰਹਿਤ ਕੁਛ ਦੇਣਾ ਚਾਹੋ, ਸੁਝਾਅ ਜੀ? ਬਸ ਸਿੰਘ ਸਜੋ, ਨਾਮ ਜਪੋ, ਵਾਹਿਗੁਰੂ ਦਾ ਸਿਮਰਨ ਕਰੋ, ਬਾਬੇ ਨਾਨਕ ਜੀ ਦੀ ਮਾਰਗ 'ਤੇ ਦੱਸੇ ਹੋਏ 'ਤੇ ਚੱਲੋ। ਇਸ ਤਰ੍ਹਾਂ ਆਪਾਂ ਆਪਣਾ ਜਿਹੜਾ ਸਮਾਜ ਆ ਵਧੀਆ ਬਣਾ ਸਕਦੇ ਹਾਂ, ਨਸ਼ਿਆਂ ਤੋਂ ਬਚ ਸਕਦੇ ਹਾਂ। ਆਪਦੀ ਬਾਬਾ ਕੀ ਸੇਵਾ ਨਿਭਾ ਰਹੇ ਹੋ ਜੀ ਗੁਰਦੁਆਰਾ ਕਮੇਟੀ 'ਚ? ਸੇਵਾ ਬਾਬਾ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾ ਦਲ ਮੰਡੀ ਗੋਬਿੰਦਗੜ੍ਹ ਅਤੇ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਦੇ ਉਪਰਾਲੇ ਸਦਕੇ ਅਤੇ ਹੋਰ ਸਿੱਖ ਸੰਗਤਾਂ ਦੇ ਸਦਕੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨਾਲ ਮਿਲ ਕੇ ਇਹ ਉਪਰਾਲੇ ਕਰਦੀਆਂ ਨੇ, ਕਰਦੇ ਰਹਾਂਗੇ ਜਦ ਤੱਕ ਮਹਾਰਾਜ ਕਰਾਏਗਾ। ਇਹ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਗੜ੍ਹੀ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਮਹਾਨ ਨਗਰ ਕੀਰਤਨ ਗੜ੍ਹੀ ਸਾਹਿਬ ਤੋਂ ਚੱਲ ਕੇ ਨਗਰਾਂ ਵਿਧੀ ਹੁੰਦਾ ਹੋਇਆ ਹੁਣ ਇਹ ਨਗਰ ਕੀਰਤਨ ਮੋਰਿੰਡਾ ਵਿਖੇ ਪਹੁੰਚਿਆ। ਇੱਥੋਂ ਦਾ ਜੋ ਲੰਗਰ ਦਾ ਪ੍ਰੋਗਰਾਮ ਹੈ ਬੀਬਾ ਕਮਲਜੀਤ ਕੌਰ ਸਪੁੱਤਰੀ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਸੁਰਖੀਆਂ ਵਾਲੇ ਉਹਨਾਂ ਵੱਲੋਂ ਇਹ ਮਹਾਨ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਇੱਥੋਂ ਚੱਲ ਕੇ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਾ ਕੇ ਸਮਾਪਤੀ ਹੋਣੀ ਆ। ਮੈਂ ਸਾਰੀਆਂ ਗੁਰਸਿੱਖ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ। ਇੱਥੋਂ ਆਪਾਂ ਸਿੱਖਿਆ ਲੈਣੀ ਆ ਇਹਨਾਂ ਨਗਰ ਕੀਰਤਨਾਂ ਤੋਂ, ਨਾਮ ਜਪੋ, ਸਿੰਘ ਸਜੋ ਗੁਰੂ ਵਾਲੇ ਬਣੋ ਅਤੇ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਸਿੰਘ ਸਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। 13 ਸਾਲ ਤੋਂ ਚੱਲ ਰਹੀ ਹੈ ਅੰਮ੍ਰਿਤ ਸ਼ਹੀਦ ਬਾਬਾ ਸੰਗਤ ਸਿੰਘ ਦੀ ਯਾਦ ਵਿੱਚ ਇਹ ਜਿਹੜਾ ਮਹਾਨ ਨਗਰ ਕੀਰਤਨ ਹਰ ਸਾਲ ਆਉਂਦਾ ਹੈ। ਵੈਸੇ ਪਿਛਲੇ 2 ਸਾਲਾਂ ਤੋਂ ਕਰੋਨਾ ਕਰਕੇ ਮਿਸ ਹੋ ਗਿਆ ਸੀ, ਵੈਸੇ 13 ਸਾਲ ਤੋਂ ਲਗਾਤਾਰ ਇਹ ਮਹਾਨ ਨਗਰ ਕੀਰਤਨ ਇਹ ਚੱਲ ਰਿਹਾ ਲੜੀ ਬਾਬਾ ਸੰਗਤ ਸਿੰਘ ਦੀ ਯਾਦ ਵਿੱਚ। ਬਾਬਾ ਜੀ ਆਪਦੇ ਕਿੰਨੇ ਧਾਰਮਿਕ ਸਥਾਨ ਨੇ ਜੀ ਪੂਰੇ ਪੰਜਾਬ ਹਰਿਆਣਾ ਹਿਮਾਚਲ 'ਚ ਜੀ? ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਜੋ ਕਿ ਬੜੇ ਤਪੇ ਮਹਾਂਪੁਰਖ ਸੀ, ਜਿਨ੍ਹਾਂ ਨੇ 12 ਸਾਲ ਤਪਾ ਦਰਾਜ ਦੇ ਟਿੱਬਿਆਂ ਦੇ ਵਿੱਚ ਰਹਿ ਕੇ ਮਹਾਨ ਤਪੱਸਿਆ ਕੀਤੀ ਹੈ ਅਤੇ ਉਹਨਾਂ ਨੇ ਮਹਾਂਪੁਰਖਾਂ ਤੋਂ ਬੜੀਆਂ ਸੰਗਤਾਂ ਨੂੰ ਨਾਮ ਜਪਾਇਆ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸੰਗਤਾਂ ਨੂੰ ਗੁਰੂ ਵਾਲੇ ਬਣਾਇਆ, ਗੁਰੂ ਦੇ ਨਾਲ ਜੋੜਿਆ ਅਤੇ ਮਹਾਂਪੁਰਖਾਂ ਦੇ ਤਕਰੀਬਨ 15-16 ਅਸਥਾਨ ਨੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ। ਬੇਅੰਤ ਮਹਾਂਪੁਰਖਾਂ ਨੇ ਗੁਰਸਿੱਖ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਅਤੇ ਅੰਮ੍ਰਿਤ ਛਕਾ ਕੇ ਸਿੰਘ ਛਕਾਇਆ ਅਤੇ ਬੜੇ ਮਹਾਨ ਕਰਨੀ ਵਾਲੇ ਮਹਾਂਪੁਰਖ ਸੀ ਬਾਬਾ ਨਰਾਇਣ ਸਿੰਘ ਜੀ ਮੋਨੀ, ਉਹਨਾਂ ਦੀ ਇਹ ਜਿਹੜੀ ਪਰੰਪਰਾ ਚੱਲੀ ਆਉਂਦੀ ਆ ਉਸੇ ਤਰ੍ਹਾਂ ਇਹ ਨਿਰੰਤਰ ਚੱਲਦੀ ਆ ਰਹੀ ਆ। ਅੱਗੇ ਅਗਲੀ ਸੇਵਾ ਦਾਸ ਨੂੰ ਸੌਂਪੀ ਆ, ਦਾਸ ਇਹ ਸਾਰੀਆਂ ਸੰਗਤਾਂ ਦਾ ਬਹੁਤ ਸਤਿਕਾਰ ਮਿਲਦਾ ਹੈ ਅਤੇ ਮੈਂ ਸਾਰੀਆਂ ਸੰਗਤਾਂ ਨਾਲ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਸੀਂ ਕੁਛ ਕਹਿਣਾ ਚਾਹੋਗੇ? ਤੁਸੀਂ ਤੁਹਾਡੇ ਵੀ ਅਸੀਂ ਦਰਬਾਰ ਸਾਹਿਬ ਗਏ ਜੀ, ਇਹ ਜੋ ਮਹਾਨ ਨਗਰ ਕੀਰਤਨ ਆ ਇਹਦਾ ਉਪਰਾਲਾ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਅਤੇ
बाबा संगत सिंह सेवा दल मंडी गोविंदगढ़ वालों किया जाता है। बहुत बड़ा उन्हों का उपराला है। यदा एक ही मकसद है कि नौजवान पीढ़ी को कुराहे तो मोड़ के गुरु वाले बन सिंह सजन अते शहीदां दी धरती फतेहगढ़ साहब बाबा जोरावर सिंह माता गुजर कौर अते बाबा फतेह सिंह दी धरती ते जाके ते नगर कीर्तन की समाप्ति होनी है। सो सारियां संगतां जिहड़ियां अमृत वेले तो लैके नगर कीर्तन चल रही ने उन्हां दा बहुत बहुत धन्यवाद संत बाबा रणजीत सिंह जी उन्हां वल्लों समुच्चे जथे वल्लों कीता जांदा है जी। वाहिगुरू जी का खालसा वाहिगुरू जी की फतेह।